ਪੰਜਾਬੀ ਰੇਡੀਓ ਯੂ ਐਸ اے ਸੌਂ ਰਹੇ ਸਾਰੇ ਹਿਮਾਂਜੋਕ ਤੇ ਸਤਕਾਰ ਤਸਲੋਤਿਆਂ ਨੂੰ ਪਿਆਰ ਸਤਕਾਰ ਸਾਂ ਨਿੱਗੀ ਜਹੀ ਸਤ ਸ੍ਰੀ ਅਕਾਲ ਸਭ ਨੂੰ ਜੀ ਅਨੂੰ ਆਖਦੇ ਆ ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਗਾ ਸਵਾਗਤ ਹੈ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਆ ਜੀ ਆਪਾਂ ਅਪਡੇਟ ਅਮਰੀਕਾ ਸ਼ਾਮ ਦਾ ਬੁਲੇਟਿਨ ਮੇਰੇ ਨਾਲ ਅੱਜ ਜਿਹੜੇ ਜੀ ਫਰੇਜ਼ਨੋ ਸਟੂਡੀਓ ਤੋਂ ਹੀ ਜਿਹੜੇ ਜੀ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ ਹਰਜੋਤ ਸਿੰਘ ਜੀ ਜੀ ਨੂੰ ਸਵਾਗਤ ਹੈ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਧੰਨਵਾਦ ਜੀ ਆਨੂੰ ਪੰਜਾਬੀ ਰੇਡੀਓ ਯੂ ਐਸ اے ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ ਐਫਐਮ ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਤੇ ਰਹੀਂ ਟੈਲੀਫੋਨ ਤੇ ਰਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸਾਲ ਸਰੋਤਿਓ ਅੱਜ ਮਾਰਚ ਦੀ 5 ਤਰੀਕ ਆ ਤੇ ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਜਈਏ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 408 272 2500 ਦੇ ਉੱਤੇ ਇਸ ਦੇ ਨਾਲ ਨਾਲ ਅਮਰਜੀਤ ਸਿੰਘ ਫਰੇਜ਼ਨੋ ਗੁਰਬਚਨ ਸਿੰਘ ਨਾਗਰਾ ਸੈਕਰਮੈਂਟੋ ਰਾਜਪਾਲ ਸਿੰਘ ਕੁਲਵੰਤ ਸਿੰਘ ਲੈਚਰ ਬੀਕਰਸਫੀਲਡ ਮੇਜਰ ਸਿੰਘ ਸਿੱਧੂ ਬੇਕਰਸਵੈਲ ਅਮਰਜੀਤ ਸਿੰਘ ਜਸਵਿੰਦਰ ਕਾਰਵਰ ਹਿਊਸਟਨ ਟੈਕਸਸ ਸੰਧੂ ਪਰਿਵਾਰ ਫ੍ਰੀਮਾਂਟ ਪ੍ਰੇਤਪਾਲ ਸਿੰਘ 12 ਐਲ ਗਰੋਵ ਦਰਸ਼ਨ ਸਿੰਘ ਕਾਂਗ ਯੂਨੀਵਰਸਿਟੀ ਰਣਜੀਤ ਸਿੰਘ ਫਰੇਜ਼ਨੋ ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਕਿਸੇ ਵੀ ਤਰੀਕੇ ਦਾ ਕਾਰ ਖਰੀਦਣਾ ਵੇਚਣਾ ਹੋਵੇ ਐਗਰੀਕਲਚਰ ਲੋਨ ਕਮਰਸ਼ੀਅਲ ਲੋਨ ਘਰਾਂ ਦੇ ਲੋਨਸ ਅਤੇ ਰੀਫਾਈਨਾਂਸ ਲਈ ਇਹਨਾਂ ਦੇ ਨਾਲ ਸੰਪਰਕ ਕਰੋ ਇਹਨਾਂ ਦਾ ਫੋਨ ਨੰਬਰ 5599052575 589052575 ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ ਜੀ ਅੱਜ ਦੀਆਂ ਖਬਰਾਂ ਤੋਂ ਪਹਿਲਾਂ ਜਿੰਨੇ ਵੀ ਸਰੋਤੇ ਆ ਦੇਖ ਰਹੇ ਆ ਵੀ ਅਸੀਂ ਲੱਗ ਲੱਗੇ ਬੈਠੇ ਆ ਆਪਾਂ ਫ੍ਰੀਜਨੋ ਕਵੈਂਟੀ ਚ ਆਏ ਆ ਇੱਥੇ ਥੋੜੀਆਂ ਰੈਸਟ੍ਰਿਕਸ਼ਨ ਜਿਹੜੀਆਂ ਘੱਟ ਆ ਬੇਰੀ ਵਿੱਚ ਥੋੜੀਆਂ ਜ਼ਿਆਦਾ ਆ ਪਰ ਫਿਰ ਵੀ ਆਪਾਂ ਥੋੜੇ ਡਿਸਟੈਂਸ ਤੇ ਹੀ ਹੈਗੇ ਆ ਸੋ ਖਬਰਾਂ ਵੱਲ ਆਈਏ ਜਿਹੜਾ 15 ਡਾਲਰ ਮਿਨੀਮਮ ਬੇਚਦਾ ਅਮੈਂਡਮੈਂਟ ਆ ਓਹੋ ਜਿਹੜਾ ਫੇਲ ਹੋ ਗਿਆ ਡੈਮੋਕ੍ਰੈਟਿਕ ਕੌਕਸ ਦੇ ਵਿੱਚ ਸੋ ਇਹ ਤੋਂ ਲੱਗਦਾ ਆ ਕਿ ਜਿਹੜੇ ਡੈਮੋਕ੍ਰੇਟਸ ਵੀ ਹੈਗੇ ਆ ਉਹ ਕਾਫੀ ਆਪਸ ਦੇ ਵਿੱਚ ਡਿਵਾਈਡਡ ਹੋਏ ਹੈਗੇ ਆ ਸੋ 42 ਵੋਟਾਂ ਜਿਹੜੀਆਂ ਸੀਗੀਆਂ ਉਹ ਹੱਕ 'ਚ ਪਈਆਂ 58 ਵੋਟਾਂ ਜਿਹੜੀਆਂ ਅਗੇਂਸਟ ਪਈਆਂ ਸੋ ਇਹਦਾ ਮਤਲਬ ਇਹ ਆ ਵੀ 8 ਵੋਟਾਂ ਜਿਹੜੀਆਂ ਆ ਓਹੋ ਡੈਮੋਕ੍ਰੇਟ ਜਿਹੜੇ ਸੈਨੇਟਰ ਆ ਉਹਨਾਂ ਨੇ 15 ਡਾਲਰ ਇਨਕਰੀਜ਼ ਕਰਨ ਦੇ ਵਿਰੋਧ ਪਾਈਆਂ ਹੈਗੀਆਂ ਸੋ ਜੇ ਪਾਸ ਹੋ ਜਾਂਦਾ ਤੇ 32 ਮਿਲੀਅਨ ਜਿਹੜੇ ਅਮਰੀਕਨਸ ਹੈਗੇ ਆ ਉਹਨਾਂ ਨੂੰ ਜਿਹੜੀ ਆ ਉਹਨਾਂ ਦੀ ਇਨਕਮ ਦੇ ਵਿੱਚ ਕਾਫੀ ਅਸਰ ਪੈ ਜਾਣਾ ਸੀ ਜੀ ਬਿਲਕੁਲ ਹਾਂ ਸੋ ਇਸ ਦੇ ਵਿੱਚ ਜਿਹੜੇ 8 ਜਿਹੜੇ ਸੈਨੀਟਰਸ ਹੈਗੇ ਨੇ ਉਹਨਾਂ ਨੇ ਇਸ ਚੀਜ਼ ਦਾ ਜਿਹੜਾ ਉਹ ਸੌਰੀ ਡੈਮੋਕ੍ਰੇਟਸ ਵੱਲੋਂ ਜਿਹੜਾ ਉਹਨਾਂ ਨੇ ਵਿਰੋਧ ਜਿਹੜਾ ਉਹ ਕਰ ਦਿੱਤਾ ਸੀ ਉਧਰ ਸਮਝੌਤਾ ਜਿਹੜਾ ਅਨਇੰਪਲੋਇਮੈਂਟ ਬੈਨੀਫਿਟਸ ਨੂੰ ਲੈ ਕੇ ਕਹਿੰਦੇ ਆ ਵੀ ਉਹ ਹੋ ਗਿਆ ਆ ਹੁਣ ਜਿਹੜਾ ਇੱਕ ਕਹੋ ਵੀ ਹੋਲਡ ਆਊਟ ਜਿਹੜਾ ਇਸ ਟਾਈਮ ਦੇ ਉੱਤੇ ਬਣਿਆ ਪਿਆ ਸੀਗਾ ਉਸ ਦੇ ਉੱਤੇ ਇੱਕ ਸਭ ਨਾਲ ਮਨਜ਼ੂਰੀ ਜਿਹੜੀ ਆ ਉਹ ਹੋ ਚੁੱਕੀ ਆ ਹਰਜੋਤ ਸਿੰਘ ਜੀ ਕਹਿੰਦੇ ਵੀ ਅਨਇੰਪਲੋਇਮੈਂਟ ਆ ਹੁਣ 300 ਡਾਲਰ ਜਿਹੜੀ ਆ ਉਹ ਹੋ ਗਈ ਸੋ ਡੈਮੋਕ੍ਰੇਟਸ ਇਸ ਜੌਬਲੈਸ ਬੈਨੀਫਿਟਸ ਦੇ ਉੱਤੇ ਉਹ ਉਹ ਹੁਣ ਰਾਜੀ ਜਿਹੜੇ ਆ ਉਹ ਹੋ ਚੁੱਕੇ ਨੇ ਸੋ ਇਹ ਹੁਣ ਦੇਖਦੇ ਆਂ ਵੀ ਆ ওভারঅল ਜਿਹੜਾ ਸੈਨੇਟ ਦੇ ਵਿੱਚ 1.9 ਟ੍ਰਿਲੀਅਨ ਡਾਲਰ ਦਾ ਇਹ ਪੈਕੇਜ ਹੈਗਾ ਆ ਇਹ ਕਦੋਂ ਤੱਕ ਪਾਸ ਹੋਊਗਾ ਆਲਰੇਡੀ ਇਸ ਦੇ ਉੱਤੇ ਇਸ ਨੂੰ ਜਿਹੜਾ ਬੋਲਣ ਦਾ ਪ੍ਰਕਿਰਿਆ ਆ ਉਹ ਵੀ ਚੱਲ ਰਹੀ ਹੈਗੀ ਆ ਤੇ ਇਸ ਦੇ ਉੱਤੇ ਜਿਹੜੇ ਆ ਉਹਨਾਂ ਬੈਂਸ ਆ ਉਹ ਵੀ ਜਿਹੜੀ ਉਹ ਹੋਵੇਗੀ ਸੋ ਉਮੀਦ ਡੈਮੋਕ੍ਰੇਟਸ ਇਹ ਕਰ ਰਹੇ ਆ ਵੀ ਉਹਨਾਂ ਦੇ ਜਿਹੜੇ ਖਾਸ ਕਰਕੇ ਸੈਂਟਰਿਸਟ ਡੈਮੋਕ੍ਰੇਟਸ ਆ ਜਿਨ੍ਹਾਂ ਚ ਜੋ ਮੈਂਸ਼ਨ ਮੇਨ ਹੈਗੇ ਆ ਜਿਹੜੇ ਇਸ ਟਾਈਮ ਨਾਲ ਦੇ ਵਿੱਚ ਰਾ ਦੇ ਰੂੜੇ ਵਰਗਾ ਕੰਮ ਜਿਹੜਾ ਉਹ ਕਰ ਰਹੇ ਆ ਵੀ ਹਰਜੋਤ ਸਿੰਘ ਜੀ ਵੀ ਉਹ ਇਸ ਦੀ ਅਪਰੂਵ ਦੇਣਗੇ ਜਾਂ ਇਸ ਨੂੰ ਇਸ ਦੇ ਨਾਲ ਜਿਹੜਾ ਉਹ ਜੁੜ ਕੇ جان گے ਕਿ ਨਹੀਂ ਇਹ ਉਹਨਾਂ ਨੇ ਵੀ ਅਜੇ ਕਹਿੰਦੇ ਵੀ ਪੂਰਾ ਕਲੀਅਰ ਨਹੀਂ ਕੀਤਾ ਸੋ ਲੈਟਸ ਸੀ ਵੀ ਆਉਣ ਵਾਲੇ ਸਮੇਂ ਤੇ ਇਹਦੇ ਵਿੱਚ ਕੀ ਹੁੰਦਾ ਪਰ ਇਹ ਵੀ ਇਹਨਾਂ ਨੇ ਸਮਝੌਤਾ ਜਿਹੜਾ ਆ ਉਹ ਓਵਰ ਆਲ ਜਿਹੜਾ ਉਹ ਕਰ ਲਿਆ ਹੈਗਾ ਆ ਵੀ ਭਾਈ ਅਸੀਂ ਇਸ ਚੀਜ਼ ਨੂੰ ਹੁਣ ਮਨਜ਼ੂਰੀ ਜਿਹੜੀ ਉਹ ਦੇ ਰਹੇ ਆ ਸੋ 300 ਡਾਲਰ ਜਿਹੜੀ ਅਨਇੰਪਲੋਇਮੈਂਟ ਬੈਨੀਫਿਟ ਆ ਉਹ ਹੋਵੇਗੀ ਪਹਿਲਾਂ 400 ਇਸ ਦੇ ਵਿੱਚ ਮੱਦ ਰੱਖੀ ਗਈ ਸੀ ਸੋ ਇਸ ਨੂੰ ਵੀ ਜਿਹੜਾ ਆ ਉਹ ਡੈਮੋਕ੍ਰੇਟਸ ਨੇ ਇਸ ਹਮਨਾ ਘਟਾ ਦਿੱਤਾ ਹੈ ਸੋ ਤੈਨੂੰ ਕਲੀਅਰ ਕਰਦੇ ਜਾਈਏ ਜਿਹੜੀ ਹਰ ਇੱਕ ਸਟੇਟ ਦੀ ਆਪਣੀ ਆਪਣੀ ਅਨਇੰਪਲੋਇਮੈਂਟ ਹਰ ਵੀਕ ਕਿਸੇ ਨੂੰ 400 450 300 ਇਦਾਂ ਮਿਲਦੀ ਆ ਇਹ ਜਿਹੜੀ 300 ਦੀ ਆਪਾਂ ਗੱਲ ਕਰ ਰਹੇ ਆ ਇਹ ਜਿਹੜੀ ਫੈਡਰਲ ਗਵਰਨਮੈਂਟ ਨੇ ਪੇ ਕਰਣੀ ਆ ਐਕਸਟਰਾ ਜਿਹੜੀ ਇਨ ਐਡੀਸ਼ਨ ਜਿਹੜੀ ਤੁਹਾਡੀ ਉਹ ਮਿਲਦੀ ਹੈਗੀ ਆ ਸੋ ਇਹਦੇ ਵਿੱਚ ਇੱਕ ਚੀਜ਼ ਹੋਰ ਜ਼ਰੂਰ ਹੁਣੀ ਐਡ ਕਰ ਦਿੱਤੀ ਆ ਜਿਹੜੇ ਐਕਸਟਰਾ ਤੁਹਾਨੂੰ ਜੌਬਲੈਸ ਏਟ ਜਿਹੜੀ ਇਹ ਬੈਨੀਫਿਟ ਮਿਲਣਾ ਹੈਗਾ ਆ ਫੈਡਰਲ ਗਵਰਨਮੈਂਟ ਵੱਲੋਂ 10200 ਡਾਲਰ ਤੱਕ ਇਹਦੇ ਤੇ ਟੈਕਸ ਨਹੀਂ ਲੱਗਣਾ ਹੂੰ ਜੀਆ ਸੋ ਇਹ ਵੀ ਕਾਫੀ ਗੁੱਡ ਹੋਊਗਾ ਨਹੀਂ ਤਾਂ ਤੁਸੀਂ ਜੇ 20% ਵੀ ਟੈਕਸ ਲਾ ਲਓ ਤਾਂ 2000 ਡਾਲਰ ਤੁਹਾਡਾ ਟੈਕਸ ਹੀ ਬਣ ਜਾਂਦਾ ਰਾਈਟ ਸੋ ਤੁਹਾਡੀ ਇਨਕਮ ਆ ਜਿਹੜੀ ਅਨਪਲਾਨਡ ਕੋਲੋਂ ਆਣੀ ਆ ਉਦੇ ਉੱਤੇ ਟੈਕਸ ਨਹੀਂ ਲੱਗਣਾ ਸੋ ਇਹ ਕਹਿੰਦੇ ਵੀ ਇੱਕ ਕੰਪਰੋਮਾਈਜ਼ ਡੈਮੋਕ੍ਰੇਟਸ ਜਿਹੜੇ ਉਹ ਕਰ ਰਹੇ ਆ ਅੱਜ ਪ੍ਰੈਜ਼ੀਡੈਂਟ ਬਾਈਡਨ ਗੱਲਬਾਤ ਕਰਦੇ ਹੋਏ ਉਹਨਾਂ ਨੇ ਮਾੜਾ ਜਿਹਾ ਕਹਿੰਦੇ ਜ਼ਿਕਰ ਕੀਤਾ ਵੀ ਇਕਨੋਮੀ ਜਿਹੜੀ ਰੀਬਾਉਂਡ ਆ ਉਹ ਕੁਇਕਲੀ ਤੇਜ਼ੀ ਦੇ ਨਾਲ ਜਿਹੜੀ ਉਹ ਨਹੀਂ ਹੋ ਰਹੀ ਇਸ ਲਈ ਇਸ ਬਿੱਲ ਦਾ ਪਾਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਇਸ ਨੂੰ ਪਾਸ ਕਰਾਉਣ ਦੇ ਲਈ ਕਾਫੀ ਜਿਹੜਾ ਕੰਪਰੋਮਾਈਜ਼ ਆ ਉਹ ਕਰ ਰਹੇ ਹੈਗੇ ਨੇ ਸੋ ਆਪਾਂ ਆਲਰੇਡੀ ਦੇਖਿਆ ਵੀ ਇਹਨਾਂ ਨੇ ਜਿਹੜਾ 141400 ਡਾਲਰ ਦੇਣ ਦੀ ਗੱਲ ਆਖੀ ਸੀਗੀ ਉਹ ਵੀ ਇਨ ਨੇ ਜਿਹੜੀ ਲਿਮਟ ਆ ਉਹ ਕਾਫੀ ਨੈਰੋ ਜਿਹੜੀ ਆ ਉਹ ਇਨਕਮ एलिਜੀਬਿਲਟੀ ਜਿਹੜੀ ਉਹ ਕਿਤੀ ਹੈਗੀ ਆ 75000 ਤੱਕ ਫੁੱਲ ਬੈਨੀਫਿਟਸ ਤੇ 80000 ਦੇ ਉੱਤੇ ਜਾ ਕੇ ਜਿਹੜੇ ਉਹ ਖਤਮ ਜਿਹੜੇ ਸਿੰਗਲ ਜਿਹੜੇ ਉਹ ਕਰਦੇ ਨੇ ਟੈਕਸ ਭਰਦੇ ਨੇ ਤੇ ਹਾਊਸ ਹਹੋਲਡ ਦੇ ਲਈ ਪਰਿਵਾਰ ਵਾਲੇ ਜਿਹੜੇ ਸ਼ਾਦੀशुदा ਵਾਲੇ ਆ ਉਹ 1.5 ਲੱਖ ਤੱਕ ਫੁੱਲ ਬੈਨੀਫਿਟ ਤੇ 1.60 ਹਜ਼ਾਰ ਦੇ ਉੱਤੇ ਜਿਹੜੇ ਆ ਉਹ ਟੋਟਲ ਫਿਨਿਸ਼ ਜਿਹੜੇ ਉਹ ਹੋ ਜਾਣਗੇ ਸੋ ਇਸ ਹਿਸਾਬ ਦੇ ਨਾਲ ਇਹਨਾਂ ਨੇ ਰੱਖਿਆ ਹੈਗਾ ਸੋ ਸੋ ਰਾਈਟ ਨਾਓ ਹਰਜੋਤ ਸਿੰਘ ਜੀ ਹਰ ਇੱਕ ਜਿਹੜਾ ਪੋਲਿਟਿਕਲ ਬੰਦਾ ਹੈਗਾ ਉਹ ਆਪਣੀ ਕਹਿ ਲੋ ਵੀ ਕੀਮਤ ਇਸ ਹਿਸਾਬ ਦੇ ਨਾਲ ਵਧਾ ਰਿਹਾ ਵੀ ਦੇਖੋ ਜੇ ਕੋਈ ਵੀ ਚੀਜ਼ ਨੂੰ ਹੁਣ ਮਨਜ਼ੂਰੀ ਦਿਵਾਉਣੀ ਆ ਜਾਂ ਕੁਝ ਕਰਨਾ ਆ ਤਾਂ ਮੇਰੇ ਥਰੂ ਜਿਹੜਾ ਆ ਉਹ ਹੋ ਕੇ ਹੀ ਜਾਣਾ ਪਵੇਗਾ ਜੀ ਅਗਲੀ ਖਬਰ ਵੱਲ ਚਲੀਏ ਜਿਹੜੀ ਯੂਐਸ ਦੀ ਸੁਪਰੀਮ ਕੋਰਟ ਆ ਉਹ ਕਾਫੀ ਜਾਦੇ ਜਿਹੜੀ ਆ ਕਹਿੰਦੇ ਸ਼ਕਤੀ ਬਣਵਾ ਲਈ ਆ ਕਰ ਰਹੀ ਆ ਵੀ ਤਾਂ ਕਿ ਜਿਹੜੇ ਅਨ ਡਾਕੂਮੈਂਟਡ ਬੰਦੇ ਹੈਗੇ ਆ ਉਹਨਾਂ ਨੂੰ ਜਿਹੜਾ ਆ ਬਹੁਤ ਔਖਾ ਹੋਊਗਾ ਆਪਣੀ ਰਿਪੋਰਟੇਸ਼ਨ ਫਾਈਟ ਕਰਨ ਦੇ ਲਈ ਸੋ ਇਹਦੇ ਸਬੰਧ ਦੇ ਵਿੱਚ ਜਿਹੜੀ ਕਾਫੀ ਜਿਹੜੀ ਇੱਕ ਨਵੀਂ ਰੂਲਿੰਗ ਉਹ ਨਹੀਂ ਦਿੱਤੀ ਹੈਗੀ ਕੋਰਟ ਨੇ 5 ਤੋਂ 3 ਦੇ ਮੁਕਾਬਲੇ 5 ਹੱਕ ਸੀ ਤেন ਉਹਦੇ ਅਗੇਂਸ ਸੀ ਇੱਕ 25 ਸਾਲਾਂ ਦੇ ਨੌਜਵਾਨ ਦੇ ਜਿਹਨ ਫੇਕ ਸ਼ੋਸ ਸਕਿਉਰਿਟੀ ਕਾਰਡ ਯੂਜ਼ ਕੀਤਾ ਸੀ ਜੌਬ ਕਰਨ ਦੇ ਲਈ ਜੈਨੀਟਰ ਦੇ ਲਈ ਸੋ ਉਹਦੀ ਡਿਪੋਰਟੇਸ਼ਨ ਦੇ ਉੱਤੇ ਕੇਸ ਸੁਪਰੀਮ ਕੋਰਟ ਕੋ ਸੀ ਸੋ ਇਮੀਗ੍ਰੇਸ਼ਨ ਦੇ ਸਬੰਧ ਦੇ ਵਿੱਚ ਕੱਲ ਨੂੰ ਜਿਹੜਾ ਕਾਫੀ ਵਧੀਆ ਜਿਹੜਾ ਪ੍ਰੋਗਰਾਮ ਆ ਉਹ ਤੁਸੀਂ ਸ਼ਨੀਵਾਰ ਸਵੇਰੇ 9:00 ਵਜੇ ਤੋਂ ਲੈ ਕੇ 10:00 10:30 ਵਜੇ ਤੱਕ ਜੀ ਤੇਰਕੀ ਆਣਾ ਜਿਹੜੇ ਵਕੀਲ ਆ ਉਹ ਤੁਹਾਨੂੰ ਇਹ ਦੱਸਣਗੇ ਜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਵੀ ਕਈ ਵਾਰੀ ਸਿਸਟਮ ਤੁਹਾਡੇ ਨਾਲ ਧੱਕਾ ਕਰਦਾ ਆ ਇਹ ਜਿਹੜਾ ਇੱਥੇ ਵੀ ਦੇਖਿਆ ਗਿਆ ਖਾਸ ਕਰਕੇ ਜਿਹੜੇ ਕਾਲੇ ਮੂਲ ਦੇ ਲੋਕਾਂ ਦੇ ਨਾਲ ਇਹ ਬੜੇ ਚਿਰ ਤੋਂ ਧੱਕਾ ਕਰਦੇ ਆ ਰਹੇ ਆਪਾਂ ਕਿੰਨੀਆਂ ਖਬਰਾਂ ਕੀਤੀਆਂ ਵੀ ਕੁਝ ਐਵੀਡੈਂਸ ਬਾਅਦ ਦੇ ਵਿੱਚ ਪਤਾ ਲੱਗਣ ਕਰਕੇ 20 20 30 30 ਸਾਲ ਜਿਹੜੇ ਆ ਉਹਨਾਂ ਨੂੰ ਅੰਦਰ ਜਿਹੜਾ ਉਹ ḍੱਕੀ ਰੱਖਿਆ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਪੂਰੀ ਤਰ੍ਹਾਂ ਬਰਬਾਦ ਹੋਈ ਅੱਜ ਨਿਊਯਾਰਕ ਦੇ ਵਿੱਚ ਤਿੰਨ ਜਿਹੜੇ ਆ ਉਹ ਜਿਹੜੇ ਸੀਗੇ ਉਸ ਟਾਈਮ ਦੇ ਤੇ ਨੌਜਵਾਨ ਉਹਨਾਂ ਨੂੰ ਆਫ ਡਿਊਟੀ ਪੁਲਿਸ ਆਫਸਰ ਦੇ ਮਰਡਰ ਦੇ ਵਿੱਚ ਕਨਵਿਕਟ ਜਿਹੜਾ ਉਹ ਕਰੀ ਰੱਖਿਆ ਸੀਗਾ ਤੇ ਨਾਲ ਇੱਕ ਜਿਹੜਾ ਇੱਕ ਬਿਜ਼ਨਸ ਓਨਰ ਨੂੰ 25 ਸਾਲ ਪਹਿਲਾਂ ਤੇ ਅੱਜ ਕਹਿੰਦੇ ਉਹਨਾਂ ਦੀ ਰਿਹਾਈ ਹੋਈ ਆ ਤੇ ਜੱਜ ਨੇ ਇਹ ਡਿਕਲੇਅਰ ਕੀਤਾ ਆ ਵੀ ਕਹਿੰਦੇ ਇਹਨਾਂ ਨੂੰ ਧੱਕੇ ਦੇ ਨਾਲ ਗਲਤ ਤਰੀਕੇ ਦੇ ਨਾਲ ਕਨਵਿਕਟ ਜਿਹੜਾ ਕੀਤਾ ਕਹਿੰਦੇ ਕਾਰਨ ਕੀ ਸੀ ਉਹਨਾਂ ਨੇ ਜਿਹੜੇ ਸਬੂਤ ਸੀਗੇ ਪ੍ਰੋਸੀਕਿਊਟਰਸ ਨੇ ਯਾਨੀ ਕਿ ਜਿਸ ਨਾਲ ਪੁਲਿਸ ਵਾਲੇ ਜਿਹੜੇ ਮਿਲੇ ਹੋਏ ਸੀ ਜਿਹੜਾ ਡਿਸਟ੍ਰਿਕਟ ਅਟਾਰਨੀ ਹੁੰਦੇ ਆ ਜਾਂ ਉਹ ਜਿਹੜੇ ਆ ਉਹਨਾਂ ਦੇ ਨਾਲ ਜਿਹੜੇ ਮਿਲੇ ਹੋਏ ਸੀ ਉਹਨਾਂ ਨੇ ਸਬੂਤ ਕੁਝ ਆਪਣੇ ਕੋਲ ਜਾਣਬੁੱਝ ਕੇ ਰੱਖੀ ਰੱਖੇ ਜਿਹੜੇ ਕਿ ਇਹਨਾਂ ਨੂੰ નિર્ਦੋਸ਼ ਸਾਬਤ ਕਰਦੇ ਸੀਗੇ ਹੁਣ ਤੁਸੀਂ ਦੇਖੋ 1996 ਦੇ ਵਿੱਚ ਜਾਰਜ ਬੈਲ, ਰੋਹਨ ਬੋਲਟ, ਗੈਰੀ ਜான்ਸਨ ਇਹਨਾਂ ਨੂੰ ਜਿਹੜੇ ਉਹ ਨਿਊਯਾਰਕ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ ਉਸ ਟਾਈਮ ਦੇ ਉੱਤੇ ਜਿਹੜੇ ਮੇਅਰ ਗਲੀਆਨੀ ਹੁੰਦੇ ਸੀਗੇ ਸੋ ਇਹ ਜਿਹੜਾ ਦੇਖੋ ਹਰਜੋਤ ਸਿੰਘ ਜੀ ਸਮਾ ਜਿਹੜਾ ਇਹ ਆਇਆ ਆ ਤੇ ਕਹਿੰਦੇ ਵੀ ਗ੍ਰੀਨ ਹੈਵਨ ਕ੍ਰੈਕਸ਼ਨਲ ਫੈਸਿਲਿਟੀ ਜਿਹੜੀ ਕਿ ਮੈਕਸਿਮ ਸਿਕਿਉਰਿਟੀ ਪ੍ਰिजन ਹੈਗੀ ਹੈ ਨਿਊਯਾਰਕ ਸਿਟੀ ਦੇ ਵਿੱਚ ਉੱਥੋਂ ਵੀਡੀਓ ਕਾਨਫਰੈਂਸ ਦੇ ਜ਼ਰੀਏ ਜਿਹੜੇ ਬੋਲਦੇ ਹੋਏ ਉਹਨਾਂ ਨੇ ਆਪਣੀ ਜਿਹੜੀ ਆਜ਼ਾਦੀ ਦਾ ਜਿਹੜਾ ਉਹ ਜਸ਼ਨ ਮਨਾਉਂਦੇ ਹੋਏ ਧੰਨਵਾਦ ਕੀਤਾ ਵੀ ਜਿੰਨਾ ਨੇ ਇਹਨਾਂ ਦੀ ਮਦਦ ਕੀਤੀ ਕਹਿੰਦੇ ਵੀ ਮੈਨੂੰ ਕੈਪੀਟਲ ਮਰਡਰ ਦੇ ਲਈ ਕਨਵਿਕਟ ਜਿਹੜਾ ਆ ਉਹ ਕੀਤਾ ਗਿਆ ਸੀਗਾ ਕਹਿੰਦੇ ਵੀ ਮੈਂ ਆਪਣੇ ਦਿਮਾਗ ਨੂੰ ਜਿਹੜਾ ਇਹ ਮਨਾ ਨਹੀਂ ਸਕਿਆ ਵੀ ਇਹ ਕਿਉਂ ਜਿਹੜਾ ਇਸ ਤਰੀਕੇ ਦੇ ਨਾਲ ਹੋਇਆ ਤੇ ਪ੍ਰਮਾਤਮਾ ਨੂੰ ਵੀ ਉਹ ਦੋਸ਼ ਦਰਿਆ ਵੀ ਕਿਸੇ ਨਾ ਕਿਸੇ ਮੇਰੇ ਨਾਲ ਧੱਕਾ ਜਿਹੜਾ ਆ ਉਹ ਹੋਇਆ ਆ ਸੋ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਦੋ ਨੌਜਵਾਨਾਂ ਨੂੰ ਜਿਹੜੇ ਇਹਨਾਂ ਤਿੰਨੇ ਨੌਜਵਾਨਾਂ ਨੂੰ ਉਸ ਟਾਈਮ ਦੇ ਉੱਤੇ ਕਿਸ ਤਰੀਕੇ ਦੇ ਨਾਲ ਧੱਕੇ ਨਾਲ 25 ਸਾਲ ਦੇਖੋ 25 ਇਅਰਸ ਕਿਸੇ ਦੀ ਵੀ ਉਮਰ ਦੇ ਉਸ ਟਾਈਮ ਜਿਹੜੇ ਪ੍ਰਾਈਮ ਟਾਈਮ ਹੁੰਦਾ ਆ ਕਿਸੇ ਦਾ ਵੀ ਉਹ ਉਹਨਾਂ ਦਾ ਟੋਟਲੀ ਖਤਮ ਕਰ ਦਿੱਤਾ 19 ਤੇ 22 ਸਾਲ ਸੀ ਇਹਨਾਂ ਦੀ ਉਮਰ ਜਦੋਂ ਇਹਨਾਂ ਨੂੰ 25 ਸਾਲ ਦੇ ਲਈ ਅੰਦਰ ਡੱਕੀ ਰੱਖਿਆ ਤੇ ਅੱਜ ਹੀ ਕਿਤੇ ਜਾ ਕੇ ਪਤਾ ਲੱਗਾ ਵੀ ਉਹਨਾਂ ਖਿਲਾਫ ਨਿਰਦੋਸ਼ ਹੋਣ ਦੇ ਸਬੂਤ ਹੀ ਇਹਨਾਂ ਨੇ ਲਕਾਈ ਰੱਖੇ ਸੀਗੇ ਬਿਲਕੁਲ ਇੰਡੀਆ 'ਚ ਵੀ ਇਹ ਕੁਝ ਹੋ ਰਿਹਾ ਤੁਹਾਨੂੰ ਪਤਾ ਹੀ ਆ ਵੀ ਕਈ ਸਿੱਖ ਜਿਹੜੇ ਆ ਉਹ ਆਪਣੀ ਉਮਰ ਕੈਦ ਵੀ ਜਿਹੜੀ ਕੱਟ ਚੁੱਕੇ ਵਾ 30-30 ਸਾਲਾਂ ਤੋਂ ਜੇਲ੍ਹਾਂ 'ਚ ਹੈਗੇ ਆ ਪਰ ਘੱਟੋ ਘੱਟ ਇੱਥੇ ਫਿਰ ਵੀ ਕੋਰਟ ਸਿਸਟਮ ਹੈਗਾ ਜਿਹੜਾ ਉਹਨਾਂ ਨੂੰ ਕੋਈ ਨਾ ਕੋਈ ਜਸਟਿਸ ਦੇਊਗਾ ਪਿਛਲੇ ਸਮਿਆਂ 'ਚ ਵੀ ਆਪਾਂ ਬਹੁਤ ਵਾਰ ਦੇਖਿਆ ਕਾਲੇ ਮੂਲ ਦੇ ਜਿਹੜੇ ਬੰਦੇ ਆ 30 30 40 40 ਸਾਲ ਬਾਅਦ ਜੇਲ੍ਹ 'ਚ ਉਹ ਜਿਹੜੇ ਫ੍ਰੀ ਛੁੱਟੇ ਆ ਵੀ ਉਹਨਾਂ ਦਾ ਕਸੂਰ ਹੀ ਨਹੀਂ ਸੀ ਉਹਨਾਂ ਨੂੰ ਗਲਤੀ ਨਾਲ ਅੰਦਰ ਦਿੱਤਾ ਗਿਆ ਸੀ ਸੋ ਹੋਪਫੁਲੀ ਆਪਾਂ ਇਹ ਹੀ ਅਰਦਾਸ ਕਰਦੇ ਆ ਵੀ ਸਾਰੇ ਮੁਲਕਾਂ 'ਚ ਇਦਾਂ ਦਾ ਜੜੀ ਆ ਕਿਸੇ ਦੇ ਜ਼ੁਲਮ ਨਾ ਹੋਵੇ ਅਗਲੀ ਖਬਰ ਵੱਲ ਚਲੀਏ ਰਾਜਕਨ ਵੀਰ ਸਿੰਘ ਜੀ ਜਿਹੜਾ ਆਈਸਲੈਂਡ ਮੁਲਕ ਆ ਉੱਥੇ ਕਹਿੰਦੇ 20000 ਤੋਂ ਵੱਧ ਆਰਥਿਕ ਵਿਕ ਜਿਹੜੇ ਪਛਾਲ ਆ ਪਿਛਲੇ ਦਸਾਂ ਦੇਣਾ ਚਾਹੀਏ ਤੇ ਹੁਣ ਉੱਥੇ ਦਾ ਜਿਹੜਾ ਮੈਟਰੀਓਲੋਜੀਕਲ ਆਫਿਸ ਆ ਉਹ ਕਹਿ ਰਿਹਾ ਆ ਭਈ ਬਹੁਤ ਵੱਡਾ ਜਿਹੜਾ ਆ ਬੋਲਕੇਨੋ ਉੱਥੇ ਅਰਪਟ ਹੋ ਸਕਦਾ ਆ ਉਹਦਾ ਬਹੁਤ ਖਤਰਾ ਹੈਗਾ ਕੱਲੇ ਕਹਿੰਦੇ ਪਿਛਲੇ 48 ਘੰਟਿਆਂ ਦੇ ਵਿੱਚ 3100 ਦੇ ਕਰੀਬ ਭਚਾਲ ਜਿਹੜੇ ਆ ਉੱਥੇ ਆਏ ਹੈਗੇ ਆ ਤੇ ਜਿਨ੍ਹਾਂ ਕਹਿੰਦੇ 63 ਦੇ ਕਰੀਬ ਜਿਹੜੇ ਭਚਾਲ ਆਏ ਆ ਉਹ ਤਿੰਨ ਜਾਂ ਇਸ ਤੋਂ ਵੱਧ ਮੈਗਨੀਟਿਊਡ ਦੇ ਸੀਗੇ ਸੋ ਆਈਸਲੈਂਡ ਵੀ ਜਿਹੜਾ ਇੱਕ ਖਤਰੇ ਵਾਲੀ ਪੋਜੀਸ਼ਨ ਦੇ ਵਿੱਚ ਹੈਗਾ ਜੀ ਜੀ ਬਿਲਕੁਲ ਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਖਬਰ ਜਿਹੜੀ ਸੈਕਰਮੈਂਟੋ ਤੋਂ ਆ ਰਹੀ ਸੀ ਉਥੇ I5 ਜਿਹੜਾ ਮੇਨ ਸ਼ਹਿਰ ਦੇ ਵਿੱਚੋਂ ਲੰਘਦਾ ਆ ਉਥੇ ਸ਼ਾਇਦ ਟੋਲ ਲਾਉਣ ਦੇ ਲਈ ਕਹਿੰਦੇ ਆ ਵੀ ਉਹ ਸੋਚ ਰਹੇ ਆ ਵੀ ਉਥੇ ਟੋਲ ਜਿਹੜਾ ਹੋ ਲਾਇਆ ਜਾਵੇ ਰਾਈਟ ਨਾਓ ਸੈਕਰਮੈਂਟੋ ਜਿਹੜਾ ਕੈਪੀਟਲ ਦਾ ਇਲਾਕਾ ਆ ਦੂਜਾ ਬੀਅਰਿਆ ਜਿਹੜਾ ਉਹ ਇਸ ਟਾਈਮ ਬਣਦਾ ਜਾ ਰਿਹਾ ਵੀ ਬਹੁਤ ਸਾਰੇ ਲੋਕ ਲਗਾਤਾਰ ਜਿਹੜੇ ਖਾਸ ਕਰਕੇ ਬੀਅਰੀਏ ਦੇ ਵਿੱਚੋਂ ਸੀਗੇ ਉਹ ਉਧਰ ਉਹ ਜਿਹੜੇ ਹਰਜੋਤ ਸਿੰਘ ਜੀ ਮੂਵ ਹੋ ਰਹੇ ਆ ਸੋ ਉਹਦੇ ਕਰਕੇ ਕਾਫੀ ਜ਼ਿਆਦਾ ਟ੍ਰੈਫਿਕ ਵੀ ਉੱਥੇ ਵਧਿਆ ਆ ਬਹੁਤ ਸਾਰੇ ਜਿਹੜੇ ਇਲਾਕੇ ਆ ਜਿਹੜੇ ਇੱਕ ਟਾਈਮ ਦੇ ਉੱਤੇ ਸੈਕਰਮੈਂਟੋ ਦੇ ਸਬਰਬ ਸੀਗੇ ਹੁਣ ਇੰਨੀ ਇੱਕ ਤਾਂ ਇੱਕ ਹਿਸਾਬ ਦੇ ਨਾਲ ਪੂਰੀ ਤਰ੍ਹਾਂ ਘੁਲ ਮਿਲ ਗਏ ਨੇ ਉਸ ਸ਼ਹਿਰ ਦੇ ਵਿੱਚ ਤੇ ਹੁਣ ਪਤਾ ਜਿਹੜਾ ਉਹ ਨਹੀਂ ਲੱਗਦਾ ਜਿਸ ਕਰਕੇ ਆਬਵੀਅਸਲੀ ਉੱਥੇ ਰੀਅਲ ਏਸਟੇਟ ਤੇ ਹੋਰ ਚੀਜ਼ਾਂ ਦੀਆਂ ਪ੍ਰਾਈਸਿਸ ਤਾਂ ਜਿਹੜੀਆਂ ਉਹ ਵਧੀਆਂ ਵਧੀਆਂ ਨੇ ਪਰ ਨਾਲ ਉਹਨਾਂ ਨੂੰ ਟ੍ਰੈਫਿਕ ਦੇ ਨਾਲ ਵੀ ਜਿਹੜਾ ਉਹ ਨਜੇਟਣਾ ਪਊਗਾ ਸੋ ਇਹ ਹੁਣ ਪ੍ਰਿਆਸ ਹੋ ਰਿਹਾ ਆ ਵੀ ਸ਼ਾਇਦ I5 ਦੇ ਉੱਤੇ ਜਿਹੜਾ ਉਹ ਟੋਲ ਜਿਹੜਾ ਉਹ ਲਾਇਆ ਜਾਵੇ ਤੁਸੀਂ ਜੇ ਹੱਕ ਜਾਂ ਵਿਰੋਧ ਚ ਜਦੋਂ ਵੀ ਤੁਹਾਡੇ ਉੱਥੇ ਸਿਟੀ ਦੇ ਵਿੱਚ ਇਦਾਂ ਦੇ ਪ੍ਰੋਪੋਜ਼ਲ ਜਾਂਦੇ ਆ ਉੱਤੇ ਨਜ਼ਰ ਰੱਖੋ ਤੇ ਜਾ ਕੇ ਆਪਣੀ ਆਵਾਜ਼ ਜਿਹੜੀ ਉਹ ਜ਼ਰੂਰ ਰੱਖੋ ਵੀ ਲੱਗਣਾ ਚਾਹੀਦਾ ਆ ਕਿ ਨਹੀਂ ਲੱਗਣਾ ਚਾਹੀਦਾ ਅਗਲੀ ਵਾਰ ਵੀ ਸੈਕਰਮੈਂਟੋ ਤੋਂ ਆ ਰਹੀ ਕਹਿੰਦੇ ਹੋਮਲੈਂਡ ਸਕਿਉਰਟੀ ਦੇ ਜਿਹੜੇ ਆਫੀਸਰਸ ਆ ਉਹਨਾਂ ਨੇ ਸੈਕਰਮੈਂਟੋ ਕਾਉਂਟੀ ਦਾ ਇੱਕ ਡਿਫਟੀ ਜਿਹੜਾ ਆ ਉਹਦੇ ਘਰ ਦੇ ਵਿੱਚ ਡਿਫਟੀ ਸ਼ੈਰਫ ਦੇ ਆਫਿਸ ਦੇ ਵਿੱਚ ਸੌਰੀ ਘਰ ਦੇ ਵਿੱਚ ਜਿਹੜੀ ਆ ਰੇਡ ਮਰੀ ਹੈਗੀ ਕਹਿੰਦੇ ਹੋਮਲੈਸ ਸਿਕਿਉਰਿਟੀ ਏਜੰਟਸ ਨੇ ਕਹਿੰਦੇ ਭਈ ਜਦੋਂ ਉਹਦੀ ਘਰ ਵਾਲੀ ਸਟਰੀਟ ਜਿਹੜੀ ਹੈਗੀ ਆ ਨੋਲਟਨ ਕੋਰਟ ਉੱਥੇ ਪਹੁੰਚੇ ਤੇ ਉਹਨਾਂ ਨੇ ਉੱਚੀ-ਉੱਚੀ ਜਿਹੜਾ ਕਿਹਾ ਭਈ ਸਾਡੇ ਕੋਲ ਸਰਚ ਵਾਰੰਟ ਆ ਜੇ ਕੋਈ ਘਰ ਦੇ ਵਿੱਚ ਹੈਗਾ ਆ ਬਾਹਰ ਆ ਜਾਓ ਤੇ ਸੈਕਰਮਨਟੋ ਕਾਉਂਟੀ ਦੇ ਸ਼ੈਰਫ ਆਫਿਸ ਵਾਲਿਆਂ ਨੇ ਜਿਹੜੀ ਆ ਯੂਸੂਲੀ ਕਹਿੰਦੇ ਭਈ ਉਹੋ ਕਿਤੇ ਵੀ ਰੇਡ ਕਰਨ ਤੋਂ ਪਹਿਲਾਂ ਉਹ ਉਹਨਾਂ ਨੂੰ ਪਰਮਿਸ਼ਨ ਦੇਣੀ ਪੈਂਦੀ ਹੈਗੀ ਆ ਸੋ ਜਿਹੜੇ ਨੇਬਰਸ ਆ ਉਹ ਜਿਹੜੇ ਗਵੰਡੀ ਆ ਉਹ ਕਹਿ ਰਹੇ ਵੀ ਸਾਨੂੰ ਅਜੇ ਤੱਕ ਪਤਾ ਨਹੀਂ ਲੱਗਾ ਵੀ ਕੀ ਚੱਕਰ ਆ ਪਰ ਕਹਿੰਦੇ ਜਿਹੜੀ ਸਵੈਟ ਟੀਮ ਸੀਗੀ ਉਹ ਪੂਰੀ ਤਰ੍ਹਾਂ ਉਹਨਾਂ ਨੇ ਫਲੱਡ ਆਊਟ ਕੀਤਾ ਹੋਇਆ ਸੀ ਉਸ ਸਟਰੀਟ ਨੂੰ ਜੀ ਅਗਲੀ ਖਬਰ ਹਰਜੋਤ ਸਿੰਘ ਜੀ ਆ ਰਹੀ ਹੈ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਆਊਟਡੋਰ ਐਕਟੀਵਿਟੀਆਂ ਜਾਂ ਜਿਹੜੀਆਂ ਕੁਸ਼ਕ ਚਣਿੰਦਾ ਉਹਨਾਂ ਦੇ ਉੱਤੇ ਜਿਹੜੀਆਂ ਕੈਪੈਸਿਟੀ ਦੀਆਂ ਰੈਸਟ੍ਰਿਕਸ਼ਨਸ ਆ ਉਹਨਾਂ ਨੂੰ ਹੁਣ ਥੋੜਾ ਢਿੱਲਿਆਂ ਕੀਤਾ ਜਾ ਰਿਹਾ ਹੈਗਾ ਆ ਹੁਣ ਥੀਮ ਪਾਰਕਸ ਕਹਿੰਦੇ 1 April ਤੋਂ ਜਿਹੜੇ ਉਹ ਖੁੱਲ ਜਾਣਗੇ ਇਹ ਜਿਹੜੇ ਥੀਮ ਪਾਰਕਸ ਖੁੱਲਣਗੇ 15% ਕੈਪੈਸਿਟੀ ਦੇ ਨਾਲ ਜਿਹੜੇ ਉਹ ਖੁੱਲਣਗੇ ਹੁਣ ਥੀਮ ਪਾਰਕਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਡਿਜ਼ਨੀ ਵੀ ਵਰਲਡ ਜਾਂ ਇਦਾਂ ਦੇ ਯੂਨੀਵਰਸਲ ਹੋਰ ਬਹੁਤ ਸਾਰੇ ਜਿੱਦਾਂ ਹੁਣ ਗਰਮੀਆਂ ਆਉਣ ਵਾਲੀਆਂ ਆ ਤਾਂ ਪਾਣੀ ਵਾਲੀਆਂ ਜਿਹੜੀਆਂ ਜਿੱਥੇ ਹੁੰਦੀਆਂ ਐ ਐਕਟੀਵਿਟੀਆਂ ਉਹ ਵਾਲੇ ਜਿਹੜੇ ਇਲਾਕੇ ਆ ਉਹ ਵਾਲੇ ਜਿਹੜੇ ਥੀਮ ਪਾਰਕਸ ਆ ਉਹ ਹੁਣ ਖੁੱਲਣਗੇ ਸੋ ਦੇ ਰੀਓਪਨਿੰਗਸ ਜਿਹੜੀਆਂ ਹੋਣਗੀਆਂ ਪਰ ਕਹਿੰਦੇ ਇੰਡੋਰ ਰਾਈਡਸ ਆ ਉਹਨਾਂ ਨੂੰ ਇਸ ਦੇ ਵਿੱਚ ਇਨਕਲੂਡ ਜਿਹੜਾ ਉਹ ਨਹੀਂ ਜਿਹੜਾ ਉਹ ਕਿਹਾ ਗਿਆ ਤੇ ਓਨਲੀ ਕੈਲੀਫੋਰਨੀਆ ਰੈਜ਼ੀਡੈਂਟਸ ਦੇ ਲਈ ਜਿਹੜਾ ਇਹ ਹੋਵੇਗਾ ਸੋ ਜਦੋਂ ਤੱਕ ਹਰਜੋਤ ਸਿੰਘ ਜੀ ਇਹ ਪੂਰਾ ਸਾਰਾ ਕੁਝ ਓਪਨ ਹੋਣਾ ਹੋਣ ਦੀਆਂ ਗੱਲਾਂ ਆ ਹੋ ਸਕਦਾ ਹੈ ਵੀ ਉਦੋਂ ਤੱਕ ਕਾਫੀ ਹੱਦ ਤੱਕ ਲੋਕਾਂ ਤੱਕ ਵੈਕਸੀਨ ਜਿਹੜੀ ਉਹ ਪਹੁੰਚ ਜਾਵੇ ਤੇ ਇਹਨਾਂ ਦਾ ਜਿਹੜਾ ਦੁਬਾਰਾ ਰੀਓਪਨਿੰਗ ਆ ਉਸ ਸਮੇਂ ਸਿਰ ਤੇ ਟਾਈਮ ਦੇ ਨਾਲ ਜਿਹੜੀ ਉਹ ਹੋ ਸਕੇ ਜੀ ਅਗਲੀ ਖੁਰਬਲ ਚਲਈਏ ਜਿਹੜਾ 737 ਮੈਕਸ ਆ ਇੱਕ ਅਮਰੀਕਨ 에ਅਰਲਾਈਨ ਦਾ ਜਿਹਦੇ ਵਿੱਚ 95 ਜਿਹੜੇ ਪੈਸੇਂਜਰ ਸੀਗੇ 6 ਕਰਿਊ ਮੈਂਬਰ ਸੀਗੇ ਉਸ ਨੂੰ ਆਲ ਆਫ ਸਟਨ ਜਿਹੜਾ ਆ ਲੈਂਡ ਕਰਨਾ ਪਿਆ ਕਿਉਂਕਿ ਉਹਦੇ ਵਿੱਚ ਜਿਹੜਾ ਨੁਕਸ ਆ ਗਿਆ ਸੀ ਨਿਊਯਾਰਕ ਦੇ ਨਿਊ ਜਰਸੀ ਦਾ ਜਿਹੜਾ ਨਿਊਯਾਰਕ ਲਿਬਰਟੀ ਇੰਟਰਨੈਸ਼ਨਲ 에ਅਰਪੋਰਟ ਆ ਉਹਨਾਂ ਨੇ ਇੱਕਦਮ ਜਿਹੜੀ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਸੀ ਤਾਂ ਕਿ ਜਿਹੜਾ ਪਾਇਲਟ ਕੈਪਟਨ ਹੈਗਾ ਆ ਉਹ ਇਸ ਪਲੇਨ ਨੂੰ ਉਥੇ ਉਤਾਰ ਸਕੇ ਤੁਹਾਨੂੰ ਯਾਦ ਹੋਊਗਾ ਜਿਹੜਾ 737 ਮੈਕਸ ਆ ਇਹ ਇਹਦੀਆਂ ਕਾਫੀ ਕੰਪਲੇਨਸ ਪਿਛਲੇ ਸਮੇਂ ਤੋਂ ਆ ਰਹੀਆਂ ਦੋ ਇਹਨਾਂ ਦੇ ਫੀਟਲ ਐਕਸੀਡੈਂਟ 737 ਮੈਕਸ ਦੇ ਹੋਏ ਸੀ ਇੱਕ 2018 ਚ ਇੱਕ 2019 ਦੇ ਵਿੱਚ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਆ ਉਮਾਹਾ ਨਵਰਾਸਕਾ ਦਾ ਜਿਹੜੇ ਮੇਅਰ ਆ ਸਟੌਟ ਹਰਟ ਉਸ ਦੇ ਜਿਹੜੇ ਘਰ ਵਾਲਾ ਆ ਕਹਿੰਦੇ ਘਰ ਦੇ ਬਾਹਰ ਹੀ ਜਿਹੜਾ ਉਸ ਦੀ ਲਾਸ਼ ਆ ਉਹ ਬਰਾਮਦ ਹੋਈ ਆ ਕਹਿੰਦੇ ਸ਼ੁੱਕਰਵਾਰ ਨੂੰ ਦੁਪਹਿਰੇ ਘਰ ਦੇ ਬਾਹਰ ਕਹਿੰਦੇ ਆ ਵੀ ਉਸ ਉਸ ਨੂੰ ਮਰਿਆ ਹੋਇਆ ਪਾਇਆ ਗਿਆ ਸੀਗਾ ਸੋ ਪੁਲਿਸ ਅਫਸਰ ਜਿਹੜੇ ਉੱਥੇ ਪਹੁੰਚੇ ਆ ਤੇ ਬਾਅਦ ਦੇ ਵਿੱਚ ਪੁਲਿਸ ਨੇ ਜਿਹੜੀ ਮੋੜਲੀ ਜਾਂਚ ਦੇ ਵਿੱਚ ਕਿਹਾ ਵੀ ਜਿਹੜੇ ਮੇਅਰ ਆ ਉੱਥੇ ਦੇ ਉਹ ਤਾਂ ਸੁਰੱਖਿਅਤ ਨੇ ਤੇ ਸਾਨੂੰ ਨਹੀਂ ਲੱਗਦਾ ਵੀ ਇਸ ਦੇ ਵਿੱਚ ਕੋਈ ਫਾਉਲ ਪਲੇ ਹੈਗਾ ਆ ਉਹ ਮਹਾਂਪੁਲਿਸ ਡਿਪਾਰਟਮੈਂਟ ਦੇ ਅਫਸਰ ਫਿਲ ਐਨਸਨ ਜਿਹੜੇ ਆ ਉਹਨਾਂ ਨੇ ਇੱਕ ਈਮੇਲ ਦੇ ਜ਼ਰੀਏ ਇੱਕ ਸਟੇਟਮੈਂਟ ਦੇ ਵਿੱਚ ਜਿਹੜਾ ਉਹ ਦੱਸਿਆ ਆ ਸੋ ਹਾਲ ਦੀ ਘੜੀ ਇਹ ਨਹੀਂ ਪਤਾ ਲੱਗਿਆ ਵੀ ਕੀ ਜਿਹੜੇ ਇਸਤੇ ਕਰਕੇ ਜਿਹੜੇ ਆ ਉਹ ਕਾਰਨ ਰਏ ਵੀ ਉਹਨਾਂ ਦੇ ਘਰ ਵਾਲੇ ਦੀ ਜਿਹੜੀ ਉਹ ਡੈਥ ਹੋਈ ਆ ਜੀ ਅਗਲੀ ਖਬਰ ਵੱਲ ਚਲੀਏ ਇੱਕ ਫ੍ਰिजਨੋ ਦੇ ਘਰ ਦੇ ਵਿੱਚੋਂ ਜਿਹੜੀ ਪੁਲਿਸ ਵੱਲੋਂ ਕਲੋਵਿਸ ਪੁਲਿਸ ਡਿਪਾਰਟਮੈਂਟ ਵੱਲੋਂ ਖਬਰ ਆ ਰਹੀ ਹੈ ਉਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ ਤੇ ਇੱਕ ਘਰ ਦੇ ਵਿੱਚੋਂ ਕਹਿੰਦੇ ਪਈ 8.5 ਪਾਉਂਡ ਦੇ ਕਰੀਬ ਹੈਰੋਇਨ ਤੇ 4.5 ਪਾਉਂਡ ਦੇ ਕਰੀਬ ਮੈਥ ਜਿਹੜੀ ਆ ਉਹਨਾਂ ਨੇ ਜਿਹੜੀ ਪ੍ਰਾਪਤ ਕੀਤੀ ਹੈਗੀ ਜਿਹਦੀ ਵੈਲਿਊ 1 ਲੱਖ 8000 ਡਾਲਰ ਦੇ ਕਰੀਬ ਆ ਤੇ 25 ਸਾਲਾਂ ਦਾ ਮਾਰਟਿਨ ਐਡਜੂਆਰੋ ਬੂਸਟੋਸ ਟੋਰੇਸ ਜਿਹੜਾ ਆ ਤੇ ਇੱਕ 23 ਸਾਲਾਂ ਦਾ ਰੋਮੇਰੀਓ ਟੋਰੇਸ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਜੀ ਅਗਲੀ ਗੱਲ ਕਰਦੇ ਜਾਈਏ ਅੱਜ ਵਾਈਟ ਹਾਊਸ ਤੇ ਜਿਹੜੇ ਪ੍ਰੈਸ ਸਖਤਰ ਹੈਗੇ ਜਨ ਪੈਸਕੀ ਉਹ ਪੱਤਰਕਾਰਾਂ ਦੇ ਨਾਲ ਜਦੋਂ ਗੱਲਬਾਤ ਕਰ ਰਹੇ ਸੀ ਉਹਨਾਂ ਨੂੰ ਜਿਹੜੇ ਸਖਤ ਸਵਾਲ ਪੁੱਛੇ ਗਏ ਵੀ ਕੀ ਗੱਲ ਆ ਵੀ ਪ੍ਰੈਜ਼ੀਡੈਂਟ ਬਾਈਡਨ ਆ ਉਹ ਪ੍ਰੈਸ ਬਰੀਫਿੰਗਸ ਜਿਹੜੀਆਂ ਉਹ ਕਿਉਂ ਨਹੀਂ ਕਰ ਰਹੇ ਤਾਂ ਉਹਨਾਂ ਨੇ ਕਿਹਾ ਵੀ ਹਾਲ ਦੀ ਘੜੀ ਇਸ ਮਹੀਨੇ ਦੇ ਅਖੀਰ ਤੱਕ ਜਿਹੜੀ ਉਹ ਇੱਕ ਪ੍ਰੈਸ ਬਰੀਫਿੰਗ ਕਰਨਗੇ ਹੁਣ ਤੱਕ ਜਿਹੜੇ ਆਪਣੇ ਪ੍ਰੈਡੀਸੈਸਰ ਜਾਨੀ ਕਿ ਸਾਬਕਾ ਰਾਸ਼ਪਤੀਆਂ ਦੇ ਮੁਕਾਬਲੇ ਪ੍ਰੈਜ਼ੀਡੈਂਟ ਬਾਈਡਨ ਕਾਫੀ ਲੰਮਾ ਸਮਾਂ ਜਿਹੜਾ ਇਹਨਾਂ ਨੂੰ ਹੋ ਗਿਆ ਉਹਨਾਂ ਨੇ ਅਜੇ ਤੱਕ ਪ੍ਰੈਸ ਕਾਨਫਰੰਸ ਜਿਹੜੀ ਉਹ ਨਹੀਂ ਕੀਤੀ 43ਵਾਂ ਦਿਨ ਉਹਨਾਂ ਦਾ ਆਫਿਸ ਦੇ ਵਿੱਚ ਜਿਹੜਾ ਆ ਉਹ ਹੈਗਾ ਆ ਪਰ ਪ੍ਰੈਸ ਕਾਨਫਰੰਸ ਨਹੀਂ ਕੀਤੀ ਉਹਨਾਂ ਨੇ ਕਈ ਥਾਵਾਂ ਦੇ ਉੱਤੇ ਸਵਾਲਾਂ ਦੇ ਰਿਪੋਰਟਰਸ ਦੇ ਜਵਾਬ ਜਿਹੜੇ ਆ ਉਹ ਦਿੱਤੇ ਹੈਗੇ ਆ ਪਰ ਫਾਰਮਲ ਕੁਐਸ਼ਨ ਆਨਸਰ ਜਿਹੜਾ ਸੈਸ਼ਨ ਆ ਉਹ ਨਹੀਂ ਹੋਇਆ ਹੈਗਾ ਜੀ ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ ਜਿੱਥੇ ਕਿ ਨਿਊਯਾਰਕ ਦੇ ਜਿਹੜਾ ਲੈਜਿਸਲੇਚਰ ਹੈਗਾ ਉਹਨਾਂ ਨੇ ਜਿਹੜੇ ਗਵਰਨਰ ਕੋਮੋ ਹੈਗੇ ਆ ਉਹਨਾਂ ਨੂੰ ਜਿਹੜੀਆਂ ਐਮਰਜੈਂਸੀ ਪਾਵਰਸ ਦਿੱਤੀਆਂ ਸੀ ਐਕਸਟਰਾ ਆਰਡੀਨਰੀ ਐਮਰਜੈਂਸੀ ਪਾਵਰਸ ਖਾਸ ਕਰਕੇ ਕੋਰੋਨਾ ਵਾਇਰਸ ਨੂੰ ਲੈ ਕੇ ਉਹਨਾਂ ਤੋਂ ਸਟ੍ਰਿਪ ਕਰ ਦਿੱਤਾ ਹੈ ਉਹਨਾਂ ਉਹ ਵਾਪਸ ਲੈ ਲਈਆਂ ਆ ਨਿਊਯਾਰਕ ਦੀ ਸੈਨੇਟ ਤੇ ਅਸੈਂਬਲੀ ਦੋਨਾਂ ਨੇ ਇਹ ਕਿਹਾ ਹੈ ਬਈ ਜਿਹੜੇ ਗਵਰਨਰ ਕੋਮੋ ਆ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕੋਵਿਡ-19 ਦੀਆਂ ਦੇਸ਼ਵੰਦ ਦੇ ਵਿੱਚ ਜਿਹੜੀਆਂ ਮੌਤਾਂ ਹੋਈਆਂ ਸੀਆਂ ਉਹਦੇ ਵਿੱਚ ਕਾਫੀ ਜਿਹੜੀਆਂ ਗਲਤੀਆਂ ਕੀਤੀਆਂ ਹੈਗੀਆਂ ਸੋ ਉਹਨੂੰ ਦੇਖਦੇ ਹੋਏ ਅੱਜ ਸੈਨੇਟ ਨੇ 43 ਦੇ ਮੁਕਾਬਲੇ 20 ਤੇ ਅਸੈਂਬਲੀ ਨੇ 107 ਦੇ ਮੁਕਾਬਲੇ 43 ਵੋਟਾਂ ਪਾ ਕੇ ਜਿਹੜੀਆਂ ਉਹਨਾਂ ਤੋਂ ਇਹ ਪਾਵਰਸ ਨੂੰ ਵਾਪਸ ਲੈ ਲਿਆ ਤੇ ਉੱਥੇ ਜਿਹੜਾ ਰੌਲਾ ਵੀ ਕਾਫੀ ਪੈ ਰਿਹਾ ਗਵਰਨਰ ਦੇ ਜਿਹੜੇ ਅਸਤੀਫੇ ਨੂੰ ਲੈ ਕੇ ਪਹਿਲਾਂ ਤਾਂ ਕਰੋਨਾ ਵਾਇਰਸ ਦੇ ਨਾਲ 15-16000 ਦੇ ਕਰੀਬ ਜਿਹੜੀਆਂ ਬਜ਼ੁਰਗਾਂ ਦੀਆਂ ਮੌਤਾਂ ਨੂੰ ਘੱਟ ਗਿਣਤੀ ਦੱਸਣ ਤੋਂ ਕਰਕੇ ਤੇ ਉਸ ਤੋਂ ਬਾਅਦ ਜਿਹੜੀਆਂ ਤਿੰਨ ਲੇਡੀਜ਼ ਵੱਲੋਂ ਉਹਨਾਂ ਦੇ ਉੱਤੇ ਜਿਹੜੇ ਚਾਰਜਸ ਲਾਏ ਗਏ ਸੀ ਉਹਨੂੰ ਲੈ ਕੇ ਜਿਹੜਾ ਆ ਉਹਨਾਂ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਜੀ ਪ੍ਰੈਜ਼ੀਡੈਂਟ ਬਾਈਡਨ ਦਾ ਜੇ ਅਪਰੂਵਲ ਰੇਟਿੰਗ ਦੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ ਤਾਂ ਕਹਿੰਦੇ ਆ ਵੀ 60% ਜਿਹੜੇ ਅਮਰੀਕਨਸ ਆ ਉਹਨਾਂ ਨੇ ਕੋਵਿਡ-19 ਦੇ ਨਾਲ ਪੈਂਡੈਮਿਕ ਨੂੰ ਹੈਂਡਲਿੰਗ ਦੇ ਲਈ 60% ਜਿਹੜੀ ਅਪਰੂਵਲ ਰੇਟਿੰਗ ਆ ਲੋਕਾਂ ਨੇ ਇਹਨਾਂ ਨੂੰ ਦਿੱਤੀ ਐ ਸੋ ਬੇਸਿਕਲੀ ਕਹਿ ਸਕਦੇ ਆ ਵੀ अर्ਲੀ ਪ੍ਰੈਜ਼ੀਡੈਂਸ਼ੀਅਲ ਹਨੀਮੂਨ ਦਾ ਦੌਰ ਜਿਹੜਾ ਇਹਨਾਂ ਦਾ ਉਹ ਚੱਲ ਰਿਹਾ ਹੈਗਾ ਆ ਤੇ ਪੋਲਿਟੀਕਲ ਪੋਲਰਾਈਜੇਸ਼ਨ ਅਮਰੀਕਾ ਦੇ ਵਿੱਚ ਹਾਲ ਦੀ ਘੜੀ ਉਹ ਵੀ ਜੀ ਜਿਹੜੀ ਉਹ ਆਪਾਂ ਨੂੰ ਪੂਰੀ ਤੌਰ ਦੇ ਉੱਤੇ ਜਿਹੜੀ ਉਹ ਦਿਖ ਰਹੀ ਹੈਗੀ ਆ ਉਦਾਂ 70% ਜਿਹੜੇ ਡੈਮੋਕ੍ਰੇਟ ਸੀਗੇ ਉਹਨਾਂ ਨੇ ਪ੍ਰੈਜ਼ੀਡੈਂਟ ਦੀ ਹੈਂਡਲਿੰਗ ਨੂੰ ओके ਦੱਸਿਆ ਤੇ ਰਿਪਬਲਿਕਸ ਦੇ ਵਿੱਚੋਂ 44% ਲੋਕਾਂ ਨੇ ਇਹਨਾਂ ਨੂੰ ਜਿਹੜਾ ਉਹ ਓਕੇ ਦੱਸਿਆ ਹੈਗਾ ਸੋ 让我们 ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਜਿਹੜਾ ਉਹ ਬਣਦਾ ਹੈਗਾ ਜ ਸੋ ਆਪਾਂ ਜਿਹੜਾ 1.9 ਟ੍ਰਿਲੀਅਨ ਡਾਲਰ ਦੀ ਗੱਲ ਕਰ ਹੀ ਰਹੇ ਸੀ ਕਿੰਨੇ ਵੀ 158 ਮਿਲੀਅਨ ਹਾਊਸ ਹੋਲਡਸ ਤੱਕ ਉਹ ਐਸਟੀਮੇਟ ਕਰਦੇ ਆ ਵੀ ਇਸ ਦਾ ਫਾਇਦਾ ਜਿਹੜਾ ਉਹ ਪਹੁੰਚ ਸਕਦਾ ਆ ਪਰ ਤੁਸੀਂ ਦੇਖੋ ਵੀ ਫਿਰ ਵੀ ਉਸ ਦੇ ਬਾਵਜੂਦ ਉਹ ਉਹਨਾਂ ਨੇ ਇਨਕਮ ਲਿਮਿਟ ਜਿਹੜੀ ਆ ਉਹ ਕਰਨ ਦੇ ਨਾਲ ਕੱਲੇ ਕੈਲੀਫੋਰਨੀਆ ਦੇ ਵਿੱਚੋਂ ਤਕਰੀਬਨ 2.5 ਮਿਲੀਅਨ ਜਿਹੜੇ ਲੋਕ ਨੇ ਉਹ ਜਿਹੜੇ ਉਹ ਰਹਿ ਜਾਣਗੇ ਜੀ ਅਗਲੀ ਖਬਰ ਜਿਹੜੀ ਇਕਨੋਮੀ ਦੇ ਨਾਲ ਸੰਬੰਧਤ ਹੈਗੀ ਆ ਜਿਹੜੇ ਪਾਵਲ ਹੈਗੇ ਆ ਫੈਟ ਚੇਅਰਮੈਨ ਉਹਨਾਂ ਨੇ ਇਹ ਕਿਹਾ ਹੈ ਪਈ ਜਿਹੜੀਆਂ ਲੋਕਾਂ ਨੂੰ ਪੈਸੇ ਦੇਣ ਦੀ ਜਿਹੜੀ ਗੱਲਬਾਤ ਆ ਲੋਨ ਦੀ ਉਹਨਾਂ ਨੂੰ ਜਿਹੜੀ ਆ 이지 ਕੰਡੀਸ਼ਨ ਹੀ ਰੱਖਿਆ ਜਾਊਗਾ ਤੇ ਆਉਣ ਵਾਲੇ ਸਮੇਂ ਚ ਹਜੇ ਇੰਟਰਸਟ ਨਹੀਂ ਬਧਾਇਆ ਜਾਊਗਾ ਕਹਿੰਦੇ ਭੀ ਅਨਪਲਾਈਮੈਂਟ ਬਹੁਤ ਜ਼ਿਆਦਾ ਆ ਇਸ ਕਰਕੇ ਇਨਫਲੇਸ਼ਨ ਵੀ ਕਹਿੰਦੇ ਹਜੇ ਇੰਨੀ ਜ਼ਿਆਦਾ ਖਰਾਬ ਨਹੀਂ ਹੋਈ ਸੋ ਜਿਹੜਾ ਇਸ ਨੂੰ ਜਿਹੜਾ ਇਜ਼ੀ ਵੇ ਗੋਇੰਗ ਰੱਖਿਆ ਜਾਊਗਾ ਤਾਂ ਕਿ ਜਿਹੜੀ ਇਕਨੋਮੀ ਆ ਤੇ ਜਿਹੜੀ ਇਮਪਲਾਈਮੈਂਟ ਆ ਉਹਨੂੰ ਵਧਾਇਆ ਜਾ ਸਕੇ ਜੀ ਤੇ ਹਰਜੋਤ ਸਿੰਘ ਜੀ ਸਮਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਹੁਣ ਸਮਾਪਤ ਹੋ ਰਿਹਾ ਆ ਅੱਜ ਸਟਾਕ ਮਾਰਕੀਟ ਦੇ ਵਿੱਚ ਕਾਫੀ ਦਿਨਾਂ ਦੀ ਮੰਦੀ ਤੋਂ ਬਾਅਦ ਦੇ ਵਿੱਚ ਉਛਾਲ ਜਿਹੜਾ ਉਹ ਦੇਖਿਆ ਗਿਆ ਅੱਜ ਤਕਰੀਬਨ 1.85% ਜਿਹੜਾ ਡਾਉਜੋਂਸ ਦੇ ਵਿੱਚ ਇਜਾਫਾ ਹੋਇਆ 572 ਪੁਆਇੰਟ ਵਧੇ 31496 ਦੇ ਉੱਤੇ ਇਹ ਕਲੋਜ਼ ਹੋਈ ਨੈਸਟੈਕ ਦੇ ਵਿੱਚ 197 ਪੁਆਇੰਟ ਵਧੇ 12900 ਵੀ ਦੇ ਉੱਤੇ ਬੰਦ ਹੋਇਆ ਐਸ ਐਨ ਪੀ ਦੇ ਵਿੱਚ ਵੀ 74 ਪੁਆਇੰਟਾਂ ਦਾ ਵਾਧਾ ਹੋਇਆ 3842 ਦੇ ਉੱਤੇ ਬੰਦ ਹੋਇਆ ਸੋਨੇ ਦੀ ਕੀਮਤ 1698 ਡਾਲਰ ਪ੍ਰਤੀ ਆਉਂਸ ਤੇ 10 ਇਅਰ ਗੀਲਡ 1.55% ਤੇ ਰਹੀ ਇੱਕ ਯੂ ਐਸ ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ ਤੇ 27 ਸੈਂਟ ਦੇ ਬਰਾਬਰ ਰਹੀ ਆ ਇੱਕ ਯੂ ਐਸ ਡਾਲਰ ਦੀ ਕੀਮਤ ਇੰਡੀਆ ਦੇ 73 ਰੁਪਏ ਤੇ 18 ਪੈਸੇ ਦੇ ਬਰਾਬਰ ਰਹੀ ਹੈ ਜੀ ਤੇ ਇੱਥੇ ਜਿਹੜਾ ਹਰਜੋਤ ਸਿੰਘ ਜੀ ਹੁਣ ਆਪਾਂ ਇਜਾਜ਼ਤ ਲੈਨੇ ਆ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਗੀ ਜਹੀ ਸਤਿ ਸ੍ਰੀ ਅਕਾਲ ਯੂਨੀਵਰਸਿਟੀ ਜੋ ਹਸਤੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂ ਐਸ ਏ